ਸਤਿ ਸ਼੍ਰੀ ਅਕਾਲ ਸੋ ਦੋਸਤੋ ਤੁਹਾਡਾ ਆਪਣਾ ਲਾਲਾ ਵਕਾਰ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਵਾ ਉਹ ਇੱਕ ਸਬਕ ਜ਼ਮੂਦਾ ਵੀਡੀਓ ਵਾ ਇੱਕ ਸਬਕ ਆ ਇੱਕ ਦਰਸ ਕਹਿ ਲਓ ਇੱਕ ਤਲਕੀਨ ਕਹਿ ਲਓ ਯਾਨੀ ਕਿ ਜਿਸ ਤਰ੍ਹਾਂ ਵੀ ਤੁਸੀਂ ਸਮਝਦੇ ਹੋ ਮੈਂ ਅੱਜ ਦੀ ਵੀਡੀਓ ਬਣਾਉਣੀ ਆ ਇਸ ਚੀਜ਼ ਤੇ ਕਿ ਅੱਜ ਕਿਹੜੀ ਐਸਾ ਜ਼ੈਰ ਆ ਕਿਹੜਾ ਐਸਾ ਮਸਲਾ ਵਾ ਕਿਹੜੀ ਐਸੀ ਟੈਨਸ਼ਨ ਆ ਕਿ ਜਿਹੜੀ ਅੱਜ ਹਰ ਬੰਦਾ ਹੀ ਪਰੇਸ਼ਾਨ ਆ ਹਾਲਾਤ ਦੀ ਵਜ੍ਹਾ ਦੇ ਨਾਲ ਉਹ ਦੋਸਤੋ ਮੈਂ ਦੱਸਦਾ ਕੀ ਵਜ੍ਹਾ ਵਾ ਚੋਂਕੇ ਹੁਣ ਵਕਤ ਐਸਾ ਆ ਗਿਆ ਵਾ ਕਿ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਪਹਿਲੇ ਇਹ ਸੀ ਕਿ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਸੀ ਅਸੀਂ ਆਪਣੀ ਜ਼ਿੰਦਗੀ ਆਪਣੇ ਸਕੂਨ ਨਾਲ ਆਪਣੇ ਆਰਾਮ ਨਾਲ گزار ਰਿਆ ਸੀ ਕਿਉਂਕਿ ਹੁਣ ਸਾਡੀਆਂ ਖਵਾਇਸ਼ਾਂ ਤਾਂ ਵੱਧ ਗਈਆਂ ਸੋਸ਼ਲ ਮੀਡੀਆ ਨੂੰ ਦੇਖਦੇ ਹੋਇਆ ਨਵੇਂ-ਨਵੇਂ ਬ੍ਰਾਂਡ ਦੇਖਦੇ ਆਂ ਅੱਛੇ-ਅੱਛੇ ਹੋਟਲ ਲੈਵਲ ਦੇ ਹੋਟਲ ਦੇਖਦੇ ਆਇਆ ਅੱਛੇ-ਅੱਛੇ ਲੈਵਲ ਦੇ ਪੀਜ਼ਾ ਹਟ ਦੇਖਦੇ ਆਇਆ ਅੱਛੇ-ਅੱਛੇ ਲੈਵਲ ਦੇ ਯਾਨੀ ਕਿ ਕਹਿ ਲੋ ਕਿ ਜਿੱਥੇ ਤਿੱਕੇ ਕਬਾਬ ਬਣਦੇ ਆ ਤੁਸੀਂ ਸਮਝਦੇ ਇਸ ਗੱਲ ਮੈਂ ਤਾਂ ਨਪੜ ਬੰਦਾ ਵਾਂ ਇਹ ਚੀਜ਼ਾਂ ਦੇਖਦਿਆਂ ਹੋਇਆਂ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਤੰਗ ਕਰ ਲਿਆ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਗੱਲ ਦੇਖਦੇ ਆ ਕਿ ਇਹ ਚੀਜ਼ ਫੁਲਾਨ ਨੇ ਆਹ ਬ੍ਰਾਂਡ ਪਾਇਆ ਵਾ ਫੁਲਾਨਾ ਐਸ ਹਾਟਲ ਤੇ ਹੋਟਲਿੰਗ ਕਰ ਰਿਹਾ ਵਾ ਫੁਲਾਨੇ ਕੋਲ ਇਹ ਗੱਡੀ ਆ ਫੁਲਾਨੇ ਬੰਦੇ ਨੇ ਇਸ ਤਰ੍ਹਾਂ ਦੇ ਕੱਪੜੇ ਪਾਏ ਆ ਉਦੋਂ ਸਾਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਆਤਾ ਵਾ ਉਹ ਜਨਮ ਲੈਂਦੀਆਂ ਉਹ ਵੱਧ ਜਾਂਦੀਆਂ ਦੋਸਤੋ ਉਸ ਗੱਲ ਨੂੰ ਭੁੱਲਦਿਆਂ ਹੋਇਆਂ ਇਸ ਗੱਲ ਨੂੰ ਮੱਦੇਨਜ਼ਰ ਰੱਖੋ ਮੈਂ ਅੱਜ ਪਿੰਡ ਦੇ ਰਹਿਣ ਵਾਲਾ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਮੈਂ ਪਿੰਡ ਦੇ ਰਹਿਣ ਵਾਲਾ ਮੈਨੂੰ ਫਖਰ ਆ ਅੱਲਾ ਦੀ ਜ਼ਾਤ ਪਾਕ ਤੇ ਕਿ ਮੈਨੂੰ ਅੱਲਾ ਨੇ ਇੱਥੇ ਇਹ ਵੀ ਬੜੀ ਅੱਲਾ ਪਾਕ ਦੀ ਰਹਿਮਤ ਹੋਈ ਕਿ ਮੈਂ ਪਿੰਡ ਚ ਕਿਉਂਕਿ ਮੇਰੇ ਕੋਲ ਕਾਫੀ ਹੋ ਫੈਸਿਲਟੀਆਂ ਆ ਜਿਹੜੀਆਂ ਕਿ ਲੋਕ ਇਹਨਾਂ ਨੂੰ ਤਰਸਦੇ ਆ ਮੇਰਾ ਇੱਕ ਪੈਗਾਮ ਆ ਦੋਸਤੋ ਇਨਸਾਨ ਦੀ ਧੌਣ ਉਦੋਂ ਥੱਕਦੀ ਹੈ ਜਦੋਂ ਜ਼ਿਆਦਾ ਉੱਚੀ ਤਰਫ ਦੇਖੇ ਇਨਸਾਨ ਉਦੋਂ ਥੱਕਦਾ ਵਾ ਜਦੋਂ ਉੱਚੀ ਪਹਾੜ ਨੂੰ ਚੜਨ ਦੀ ਕੋਸ਼ਿਸ਼ ਕਰੇ ਨਾ ਉਦੋਂ ਕਦੇ ਇਨਸਾਨ ਪਰੇਸ਼ਾਨ ਨਹੀਂ ਹੋਏਗਾ ਕਦੀ ਨਹੀਂ ਥੱਕੇਗਾ ਜਦੋਂ ਥੱਲੇ ਨੂੰ ਉਤਰੇਗਾ ਤੇ ਥੱਲੇ ਰੱਖ ਕੇ ਦੇਖੇਗਾ ਜੇ ਅਸੀਂ ਅੱਜ ਤੋਂ 20 ਸਾਲ ਪਿੱਛੇ ਚਲ ਜਾਈਏ ਨਾ 20 ਸਾਲ ਬਹੁਤੀ ਮਜ਼ਜਾਦਾ ਡੇਰ ਦੀ ਗੱਲ ਨਹੀਂ ਕਰਦਾ ਮੈਂ ਵੇਖਿਆ ਆਪਣੇ ਬਜ਼ੁਰਗ ਔਰ ਹੁਣ ਵੀ ਅਲਹਮਦੁਲਿਲਾ ਮੈਂ ਪਿੰਡ ਚ ਰਹਿੰਦਾ ਨਾ ਮੈਂ ਕਾਫੀ ਲੋਕ ਐਸੇ ਦੇਖਿਆ ਕਿ ਜਦੋਂ ਉਹਨਾਂ ਨੂੰ ਕਿਤੇ ਫੌਤ ਕੀ ਦੇ ਕਿਸੇ ਸ਼ਾਦੀ ਤੇ ਕਿਸੇ ਇਵੈਂਟ ਤੇ ਜਾਣਾ ਪੈ ਜਾਏ ਉਹਨਾਂ ਕੋਲ ਇੱਕ ਜੋੜਾ ਵਾ ਚਿੱਟੇ ਰੰਗ ਦਾ ਧੋਤੀ ਪੱਗ ਕਮੀਜ਼ ਇੱਕ ਖੁਸਾ ਔਰ ਯਕੀਨ ਕਰਕੇ ਜਾਣੋ ਜਦੋਂ ਨਹਾ ਧੋ ਕੇ ਨਿਕਲਦੇ ਜੇ ਨਾ ਹਰ ਸ਼ੈ ਨੂੰ ਪਿੱਛੇ ਕਰ ਦਿੰਦੇ ਆ ਜਿੰਨੇ ਵੱਡੇ ਬ੍ਰਾਂਡ ਇਹ ਵੋ ਤੇ ਦੋਸਤੋ ਮੇਰੀ ਅੱਜ ਦੀ ਇੱਕ ਹੀ ਗੱਲ ਵਾ ਕਿ ਅਸੀਂ ਆਪਣੀਆਂ ਖੁਆਇਸ਼ਾਂ ਤਾਂ ਵਧਾ ਲਈਆਂ ਅਸੀਂ ਉੱਤੇ ਦੇਖਣ ਲੱਗ ਪਏ ਅਸੀਂ ਤੰਗ ਹੋ ਗਏ ਕਾਸ਼ ਕਿ ਅਸੀਂ ਉਸ ਦੌਰ ਨੂੰ ਦੇਖੀਏ ਕਿ ਇੱਕ ਜੋੜਾ ਇੱਕ ਸਾਲ ਦੇ ਵਿੱਚ ਨਾ ਇੱਕ ਜੋੜਾ ਬਣਾਉਂਦੇ ਸੀ ਇੱਕ ਹੀ ਜੁੱਤੀ ਲੈਂਦੇ ਸੀ ਔਰ ਇੱਕ ਜੁੱਤੀ ਦੇ ਨਾਲ ਉਹ ਚਮੜੇ ਦੀ ਜੁੱਤੀ ਹੁੰਦੀ ਸੀ ਖੁੱਸਾ ਸੀ ਲੋਕ ਉਹਨੂੰ ਕਹਿੰਨੇ ਆ ਚਮੜੇ ਦੀ ਜੁੱਤੀ ਹੁੰਦੀ ਸੀ ਉਹਦੇ ਨਾਲ ਕਈ ਕਈ ਸਾਲ ਸਾਡੇ ਸਿਆਣੇ ਲੋਕ ਕੱਢ ਲੈਂਦੇ ਰਹੇ ਇੱਕੋ ਜੋੜੇ ਨੂੰ ਜਦੋਂ ਕਿਤੇ ਜਾਣਾ ਆਉਣਾ ਉਹ ਹੀ ਜੋੜਾ ਪਾਉਣਾ ਤੇ ਦੋਸਤੋ ਅਗਰ ਅਸੀਂ ਇਸ ਵਕਤ ਨੂੰ ਛੱਡ ਕੇ ਉਹਨੂੰ ਥੋੜਾ ਜਿਹਾ ਵੇਖ ਲਈਏ ਤੇ ਅਜੀ ਅਲਹਮਦੁਲillah ਅੱਲਾ ਦਾ ਸ਼ੁਕਰ ਅਦਾ ਕਰੀਏ ਕਿ ਅਸੀਂ ਚਲੋ ਜੀ ਜੇ ਅਠੀ ਦਸੀ ਦਿਨੀ ਨਹੀਂ ਮਹੀਨੇ ਬਾਅਦ ਨਹੀਂ ਤੇ ਕੋਈ ਨਾ ਕੋਈ ਤਹਵਾਰ ਸਾਲ ਦੇ ਵਿੱਚ ਤਿੰਨ ਚਾਰ ਤਹਵਾਰ ਐਸੇ ਆ ਜਾਂਦੇ ਆ ਕਿ ਅਸੀਂ ਜਦੋਂ ਆਪਣਾ ਨਾ ਇਹ ਕੱਪੜੇ ਬਣਾਈਦੇ ਜੁੱਤੀਆਂ ਬਣਾਈਦੀਆਂ ਬਲਕਿ ਅਸੀਂ ਤੇ ਕੋਈ ਸ਼ਾਦੀ ਵੀ ਹੋਵੇ ਇੱਕ ਤੇ ਸ਼ਾਦੀ ਤੋਂ ਦੂਸਰੀ ਸ਼ਾਦੀ ਤੇ ਜਾਣਾ ਤਾਂ ਅਸੀਂ ਉਹ ਸੂਟ ਹੀ ਨਹੀਂ ਇਸਤੇਮਾਲ ਕਰਦੇ ਅਸੀਂ ਮੇਰਾ ਗੱਲ ਕਰਨ ਦਾ ਮਕਸਦ ਇਹ ਆ ਕਿ ਅਸੀਂ ਥੋੜਾ ਜਿਹਾ ਪਿੱਛੇ ਨੂੰ ਨਿਗਾਹ ਕਰੀਏ ਪਿਛਲੇ ਬੰਦਿਆਂ ਨੂੰ ਵੇਖੀਏ ਕਿ ਜਿਹੜੇ ਇੱਕ ਇੱਕ ਸੂਟ ਨਾਲ 4-4 ਸਾਲ ਕੱਢਦੇ ਸੀ ਤੇ ਫਿਰ ਅਸੀਂ ਅਲਹਮਦੁਲਿਲਾ ਕਰੀਏ ਅਸੀਂ ਅੱਲਾ ਦਾ ਸ਼ੁਕਰ ਅਦਾ ਕਰੀਏ ਅਸੀਂ ਸ਼ੁਕਰ ਅਦਾ ਕਰੀਏ ਤਾਂ ਅਸੀਂ ਸਕੂਨ ਚ ਹੋਈਏ ਅਸੀਂ ਉਹ ਦੇਖੀਏ ਕਿ ਜਦੋਂ ਲੋਕ ਪੁਰਾਣਾ ਹੁੰਦਾ ਸੀ ਜਾਂ ਈਦ ਸ਼ਬਰਾਤ ਹੁੰਦੀ ਸੀ ਉਦੋਂ ਹੀ ਗੋਸ਼ਤ ਖਾਣ ਨੂੰ ਉਹਨਾਂ ਦੇ ਨਾਲ ਹਸਿਆਣੇ ਕਹਿੰਦੇ ਨੇ ਪੰਜਾਬੀ ਦੀ ਮਿਸਾਲ ਕਿ ਪੁਰਾਣੇ ਦਾ ਪੱਜ ਤੇ ਆਪਣਾ ਰੱਜ ਯਾਨੀ ਕਿ ਉਦੋਂ ਚਾਹ ਇਹ ਹੋਣਾ ਕਿ ਪੁਰਾਣਾ ਆਇਆ ਵੇ ਇਹਦੇ ਪੱਜ ਦੇ ਨਾਲ ਯਾਰ ਅਸੀਂ ਵੀ ਕੋਈ ਖਾ ਲਾਂਗੇ ਤੇ ਹੁਣ ਅਲਹਮਦੁਲਿਲਾ ਉਹ ਹਫਤੇ ਦੇ ਵਿੱਚ ਇੱਕ ਵਾਰੀ ਤੇ ਕੋਈ ਨਾ ਕੋਈ ਗੋਸ਼ਤ ਪਾ ਕੇ ਲੈਂਦਾ ਵਾ ਕਦੀ ਬਾਹਰੋਂ ਚੀਜ਼ ਲਿਆ ਕੇ ਖਾ ਲਈਦੀ ਆ ਐਸੇ ਐਸੀਆਂ ਚੀਜ਼ਾਂ ਆ ਗਈਆਂ ਤੇ ਦੋਸਤੋ ਅਗਰ ਤੁਸੀਂ ਇਹ ਸੋਚੋ ਕਿ ਅਸੀਂ ਪਿੱਛੇ ਵੇਖੀਏ ਔਰ ਉਹ ਵੀ ਲੋਕ ਗੁਜ਼ਾਰਾ ਕਰਦੇ ਉਹ ਸਾਡੇ ਨਾਲ ਅੱਛੀ ਔਰ ਪਿਆਰੀ ਜ਼ਿੰਦਗੀ ਸੀ ਉਹਨਾਂ ਦੀ ਯਾਨੀ ਕਿ ਉਹਨਾਂ ਨੂੰ ਫਿਕਰ ਫਾਕਾ ਕੋਈ ਨਹੀਂ ਸੀ ਆਪਣੀ ਸਕੂਨ ਦੇ ਜ਼ਿੰਦਗੀ ਗੁਜ਼ਾਰਨ ਦਾ ਜ਼ਿੰਦਗੀ ਜਿਹੜੀ ਹੈ ਨਾ ਜ਼ਿੰਦਗੀ ਨੂੰ ਤੁਸੀਂ ਗੁਜ਼ਾਰੋ ਨਾ ਕਿ ਜ਼ਿੰਦਗੀ ਤੁਹਾਨੂੰ ਗੁਜ਼ਾਰ ਕੇ ਚਲੀ ਜਾਵੇ ਤੁਸੀਂ ਸੋਚਾਂ ਜੀ ਪੈਰੋ ਅਗਰ ਤੁਸੀਂ ਆਪਣੀਆਂ ਖੁਆਇਸ਼ਾਂ ਤਾਂ ਬਣਾਉਣ ਲੱਗੋਗੇ ਨਾ ਤੇ ਮੈਨੂੰ ਮੈਂ ਗੱਲ ਕਵਾਂਗੇ ਕੋਈ ਬਾਦਸ਼ਾਹ ਹੋਵੇ ਤੇ ਖੁਸ਼ੀਆਤ ਨਹੀਂ ਪੂਰੀ ਹੋ ਸਕਦੀ ਬੰਦਾ ਆਪਣੀਆਂ ਕਹਿ ਲੋ ਕਿ ਜਿਹੜੇ ਜ਼ਿੰਦਗੀ ਦੀਆਂ ਜ਼ਰੂਰiatੀਆਂ ਜ਼ਿੰਦਗੀ ਹੈ ਨਾ ਜ਼ਰੂਰ ਜਿਹੜੀਆਂ ਜ਼ਰੂਰੀ ਚੀਜ਼ਾਂ ਵਾਂ ਉਹਨਾਂ ਦੇ ਥੋੜਾ ਜਿਹਾ ਮੱਦੇਨਜ਼ਰ ਰੱਖੋ ਖੁਆਇਸ਼ਾਂ ਨਾ ਵੜਾਓ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਕਰੋ ਆਪਣੀ ਜ਼ਿੰਦਗੀ ਦੇ ਬਾਰੇ ਇਹ ਸੋਚੋ ਕਿ ਇਸ ਨੂੰ ਇੰਜੋਏ ਕਰੀਏ ਸੋਚ ਸੋਚ ਕੇ ਮਿਹਨਤ ਕਰ ਕਰ ਕੇ ਵੇਖ ਵੇਖ ਕੇ ਸੜ ਸੜ ਕੇ ਅਸੀਂ ਆਪਣੀ ਜ਼ਿੰਦਗੀ ਨਿਗਾਹ ਕੇ ਕਿੰਨੀ ਕੋਣ ਜ਼ਿੰਦਗੀ ਆ ਹੁਣ ਤੇ ਜ਼ਿੰਦਗੀ ਬੜੀ ਮੁਖ्तसर ਜੀ ਹੋ ਗਈ ਤੇ ਦੋਸਤੋ ਮੇਰਾ ਅੱਜ ਦਾ ਇਹ ਪੈਗਾਮ ਆ ਕਿ ਤੁਸੀਂ ਉੱਤੇ ਦੇਖਣ ਦੀ ਬਜਾਏ ਥੱਲੇ ਦੇਖਿਆ ਕਰੋ ਅਮੀਰ ਨੂੰ ਦੇਖਣ ਦੀ ਬਜਾਏ ਜਿਹੜਾ ਤੁਹਾਡੇ ਤੋਂ ਥੱਲੇ ਲੈਵਲ ਦਾ ਵਾ ਉਹਨੂੰ ਦੇਖੋ ਤੁਸੀਂ ਆਪੇ ਸ਼ੁਕਰ ਅਲhamdulillah ਕਰੋਗੇ ਔਰ ਤੁਸੀਂ ਇਹ ਸੋਚੋ ਬ੍ਰਾਂਡਾਂ ਨੂੰ ਦੇਖਣ ਦੀ ਬਜਾਏ ਤੁਸੀਂ ਇਹ ਸੋਚਿਆ ਕਰੋ ਕਿ ਮੈਂ ਜਿਹੜੇ ਹੁਣ ਪਾਏ ਆ ਇਹ ਪਿਛਲੇ ਦੌਰ ਦੇ ਅੱਛੇ ਖਾਸੇ ਬੰਦੇ ਨਾਲੋਂ ਅੱਛੇ ਕੱਪੜੇ ਆ ਤੇ ਦੋਸਤੋ ਇਹ ਮੇਰੀ ਵੀਡੀਓ ਦਾ ਮਕਸਦ ਸਿਰਫ ਇੰਨਾ ਕੀ ਅੱਜ ਕਿ ਆਪਣੀ ਜ਼ਿੰਦਗੀ ਨੂੰ ਅਸੀਂ ਆਪੇ ਤੰਗ ਕਰ ਲਿਆ ਅਸੀਂ ਆਪਣੀ ਜ਼ਿੰਦਗੀ ਨੂੰ ਆਪੇ ਹੀ ਕਹਿ ਲਓ ਕਿ ਦੁੱਖਾਂ ਦੀ ਤਰਫ ਲੈ ਗਏ ਕਿ ਸਾਡੀਆਂ ਖੁਆਇਸ਼ਾਂਤਾਂ ਵੱਧ ਗਈਆਂ ਜਿੰਨਾ ਕ ਮਿਲੇ ਸ਼ੁਕਰ ਅਲਹੁਦੁਲਲ੍ਹਾ ਕਰਿਆ ਕਰੋ ਔਰ ਅਗਰ ਬਹੁਤੀ ਗੱਲ ਹੈ ਤਾਂ ਤੁਸੀਂ ਆਪਣੇ ਤੋਂ ਥੱਲੇ ਦੇ ਤਬਕੇ ਨੂੰ ਦੇਖਿਆ ਕਰੋ ਤੇ ਤੁਸੀਂ ਆਟੋਮੈਟਿਕ ਸ਼ੁਕਰ ਅਲਹੁਦੁਲ੍ਹਾ ਕਰਿਆ ਕਰੋਗੇ